कैप्टन मामा मर गया, कैप्टन मामा मर गया, कैप्टन सरकार मुर्दाबाद, कैप्टन सरकार मुर्दाबाद, उन्होंने बीबिया ने कैप्टन मरिया जान के, कैप्टन मरिया जान के, ला दो ला दो, सेंटर सरकार पंजाब सरकार मुर्दाबाद, 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 दिल्ली का मजल कार दा सरकार दा, कैप्टन सरकार मुर्दाबाद, क्या चलो फोटो क्या चलो खेल, कैप्टन सरकार मुर्दाबाद, 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 बिजली बोर्ड की गंदी मैनेजमेंट मुर्दाबाद, 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 कैप्टन मामा मर गया, मम्मी रंडी कर गया, एक ही होया कैप्टन मर गया, एक ही होया कैप्टन मरा, एक ही होया कैप्टन मरा, कैप्टन सरकार मुर्दाबाद, 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 पंजाब सरकार मुर्दाबाद, 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 बिजली बोर्ड की ਟੋਟੀਆਂ ਪਾ ਕੇ ਚਲਾ ਕੈਪਟਨ ਮੁਰਦਾਬਾਦ, 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 ਸਾਥੀਓ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਸਾਡਾ ਪਿਛਲੀ ਦਿਨੀ ਬਠਿੰਡਾ ਥਰਮਾ ਪਲਾਂਟ ਜਿਹਨਾਂ ਦੀ ਜਿਹਦੀ ਜ਼ਮੀਨ 1750 ਏਕੜ ਜਿਹੜੀ ਜ਼ਮੀਨ ਇਹਨਾਂ ਟੋਟੀਆਂ ਦੇ ਭਾਅ ਪੁੱਡਾਂ ਨੂੰ ਦਿੱਤੀ ਆ ਉਹਦਾ ਅਸੀਂ ਪੂਰਜੋਗ ਵਿਰੋਧ ਕਰਦੇ ਹਾਂ ਸਰਕਾਰ ਦਾ ਸਾਥੀਓ ਜਿਹੜਾ ਪਲਾਂਟ ਸਾਨੂੰ 4 ਰੁਪਏ 50 ਪੈਸੇ ਡਿਊਂਟ ਖਪਤਕਾਰ ਨੂੰ ਦਿੰਦਾ ਸੀ ਉਹ ਪਲਾਂਟ ਸਰਕਾਰ ਨੇ ਬੰਦ ਕਰ ਦਿੱਤਾ ਅਤੇ ਬਿਜਲੀ ਜਿਹੜੀ ਆ ਪ੍ਰਾਈਵੇਟ ਪਲਾਂਟਾਂ ਕੋਲ ਖਰੀਦਣ ਦੀ ਆ ਇਹ ਪਲਾਂਟ ਬੰਦ ਹੋਣ ਨਾਲ ਮੇਰਾ ਮੁਲਾਜ਼ਮਾਂ ਨੂੰ ਨਹੀਂ ਨੁਕਸਾਨ ਖਪਤਕਾਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਭਾਰੀ ਭਾਰੀ ਨੁਕਸਾਨ ਹੋਊਗਾ ਇਹ ਕਰਕੇ ਸਾਥੀਓ ਉਹਦੀ ਨਵੀਨਕਰਨ ਕਰਨ ਵਾਸਤੇ 714 ਕਰੋੜ ਉਹਨੂੰ ਦੁਬਾਰਾ ਚਾਲੂ ਕਰਨ ਵਾਸਤੇ ਇਹਨਾਂ 714 ਕਰੋੜ ਖਰਚ ਕਰਕੇ ਉਹਨੂੰ ਚਾਲੂ ਕੀਤਾ ਉਹਦੀ ਡੇਟ ਜਿਹੜੀ 2030 ਤੱਕ ਸੀ ਪਰ ਇਹ ਗੰਦੀ ਸਰਕਾਰ ਨੇ ਇਹ ਲੋਕਾਂ ਦੇ ਹਿੱਤ 'ਚ ਜਾਂ ਮੁਲਾਜ਼ਮਾਂ ਹਿੱਤ ਨਾ ਗੱਲ ਕਰਦੇ ਹੋਏ ਇਹ ਪਲਾਂਟ ਨੂੰ ਸਾਡੇ ਬਠਿੰਡਾ ਥਰਮਾ ਪਲਾਂਟ ਨੂੰ ਵੇਚਣਾ ਚਾਹਿਆ ਅਤੇ ਕੌਡੀਆਂ ਦੇ ਭਾਅ ਜਿਹੜੀ ਜ਼ਮੀਨ ਜਿਹੜੀ ਸਾਡੀ ਆ ਉਹ ਵੇਚ ਦਿੱਤੀ ਇਹ ਜਾਇਦਾਦ ਜਿਹੜੀ ਸੀ ਸਾਡੀ ਬਿਜਲੀ ਬੋਰਡ ਪਾਵਰ ਕੰਮ ਦੀ ਸੀ ਸਾਡੀ ਜਾਇਦਾਦ ਸੀ ਅੱਜ ਆਪਾਂ ਜਿਹੜਾ ਮੁਜ਼ਾਹਰਾ ਕੀਤਾ ਵਾ ਆਪਣੀਆਂ ਕੀ ਮੰਗਾਂ ਵਾ ਅਤੇ ਕਾਹਦੇ ਵਾਸਤੇ ਕੀਤਾ ਸਾਡੀ ਜਿਹੜੀ ਮੇਨ ਮੰਗ ਆ ਜਿਹੜਾ ਸਾਡਾ ਬਠਿੰਡਾ ਥਰਮਾ ਪਲਾਂਟ ਆ ਉਹ ਜਿਹੜਾ ਕੌਡੀਆਂ ਦੇ ਭਾਅ ਦੀ ਉਹਦੀ ਜ਼ਮੀਨ ਜਿਹੜੀ 1750 ਏਕੜ ਜਿਹੜੀ ਜ਼ਮੀਨ ਆ ਕੌਡੀਆਂ ਦੇ ਭਾਗ ਜਿਹੜੀ ਜ਼ਮੀਨ ਆ ਸਾਡੀ ਜਿਹੜੀ ਆ ਪੁੱਡਾਂ ਨੂੰ ਇਹਨਾਂ ਪੰਜਾਬ ਸਰਕਾਰ ਨੇ ਜਿਹੜੀ ਦਿੱਤੀ ਆ ਉਹਦੇ ਸੰਬੰਧ ਵਿੱਚ ਆਪਾਂ ਰੋਸ ਪ੍ਰਗਟ ਕਰ ਰਹੇ ਹਾਂ ਦੂਜਾ ਜਿਹੜਾ ਸਾਡੇ ਉਹ ਉਹਨੂੰ ਬਠਿੰਡਾ ਜਿਹੜਾ ਥਰਮਾ ਪਲਾਂਟ ਸੀ ਉਹ ਨਵੀਨਕਰਨ ਕਰਨ ਵਾਸਤੇ 1714 ਕਰੋੜ ਰੁਪਈਆ ਉਹਦਾ ਕਾਹਦੇ ਵਾਸਤੇ ਖਰਚਿਆ ਸੀ ਜੇ ਇਸ ਪਲਾਂਟ ਨੂੰ ਚਲਾਉਣਾ ਨਹੀਂ ਕਾਂਗਰਸ ਸਰਕਾਰ ਨੇ ਜਦੋਂ ਇਹਨੇ ਵੋਟਾਂ ਲੈਣੀਆਂ ਸੀ ਉਦੋਂ ਕਹਿੰਦਾ ਸੀ ਮੈਂ ਬਠਿੰਡਾ ਥਰਮਾ ਪਲਾਂਟ ਜਿਹੜਾ ਜਲਦ ਤੋਂ ਜਲਦ ਚਾਲੂ ਕਰੂੰਗਾ ਇਹਨਾਂ ਦੀ ਚਿਮਣੀਆਂ 'ਚੋਂ ਧੂੰਆਂ ਨਿਕਲੂਗਾ ਹੁਣ ਇਹਦਾ ਧੂੰਆਂ ਕਿੱਥੇ ਗਿਆ ਵਾ ਆਪਾਂ ਜਿਹੜਾ ਪੂਰਜੋਰ ਨਿਖੇਧੀ ਕਰਦੇ ਹਾਂ ਅੱਜ ਅਰਥੀ ਫੂਕ ਮੁਜ਼ਾਹਰਾ ਪੰਜਾਬ ਸਰਕਾਰ ਦਾ ਆਪਾਂ ਕੱਢਿਆ ਵਾ ਹੋਰ ਵੀ ਜਿਹੜੀਆਂ ਸਾਡੀਆਂ ਬਿਜਲੀ ਬੋਰਡ ਦੀਆਂ ਅਹਿਮ ਮੰਗਾਂ ਵਾ ਪੇ ਬੈਂਡ ਦੀ ਜਿਹੜੀ ਮੰਗ ਆ 2011 ਤੋਂ ਜਿਹੜੀ ਸਾਡੀ ਮੇਨ ਮੰਗ ਜਿਹੜੀ ਪੇ ਬੈਂਡ ਦੀ ਆ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਸਾਡੀ ਪੇ ਬੈਂਡ ਦਿੱਤੀ ਜਾਏ ਪੂਰੀ ਜਿਹੜੀ DA ਦੀਆਂ ਕਿਸ਼ਤਾਂ ਸਾਡੀਆਂ ਬਕਾਇਆ ਵਾ ਉਹ ਜਲਦੀ ਤੋਂ ਜਲਦੀ ਉਹ ਸਾਡੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਣ ਰਹਿੰਦੀਆਂ ਮੰਗਾਂ ਜਿਹੜੀਆਂ ਵਾ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਇਹ ਸਰਕਾਰ ਜਾਣ ਬੁੱਝ ਕੇ ਲਮਕਾਈ ਜਾ ਰਹੀ 12ਵੇਂ ਮਹੀਨੇ 'ਤੇ ਲੱਗੀ ਆ ਆਪਾਂ ਪੂਰਜੋ ਮੰਗ ਕਰਦੇ ਹਾਂ ਇਹਦੀ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਆ ਉਹ ਜਲਦੀ ਤੋਂ ਜਲਦੀ ਜਿਹੜੀ ਆ 1-2 ਮਹੀਨੇ 'ਚ ਪੇਸ਼ ਕੀਤੀ ਜਾਵੇ ਆਪਾਂ ਇਹ ਮੰਗਾਂ ਜੇ ਸਾਡੀਆਂ ਮੰਗਾਂ ਜੇ ਨਾ ਮੁੱਕ ਗਈਆਂ ਆਪਾਂ ਸੰਘਰਸ਼ ਜਿਹੜਾ ਹੋਰ ਤੇਜ਼ ਕਰਾਂਗੇ ਅਤੇ ਹੋਰ ਆਪਣੇ ਭਰਾਤੀ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਸੰਘਰਸ਼ ਨੂੰ ਜਿਹੜਾ ਆਪਾਂ ਸਿਰੇ 'ਤੇ ਪਹੁੰਚਾਵਾਂਗੇ ਮੰਗਾਂ ਆਪਣੇ ਮੁਲਾਜ਼ਮਾਂ ਦੀ ਮੰਗਾਂ ਵਾਸਤੇ ਆਪਾਂ ਦਿਨ ਰਾਤ ਇੱਕ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ